ਕਢਵਾ ਲਿਆ ਗਿਆ ਸਾਹਮਣੇ। ਬਾਈ ਉੱਧਰ ਕੈਮਰਾ ਮਾਰੋ ਖਾਲਸਾ ਜੀ, ਦੇਖੋ ਅਸੀਂ ਕੰਮ ਕਰਦੇ ਪਏ ਹਾਂ, ਸਾਨੂੰ ਵੇਲਰ ਕਹਿੰਦੇ ਕਮੈਂਟਾਂ ਦੇ ਵਿੱਚ, ਕਮੈਂਟਾਂ ਵਾਲੇ ਵੀ ਸੁਣ ਲਓ। ਆਹ ਦੇਖੋ ਕਹਿੰਦਾ ਵੇਚਦੇ ਨੀ, ਝੂਠ ਬੋਲੀ ਜਾਂਦੇ ਆ। ਆਹ ਸਿਗਰਟਾਂ ਦੀਆਂ ਡੱਬੀਆਂ ਵੇਖਦੀਆਂ ਨੇ, ਗੁਟਕੇ ਪਏ ਹੋਏ ਆ, ਸਮਾਨ ਸਿਗਰਟਾਂ ਗੁਰੂ ਘਰਾਂ ਦੇ ਸਾਹਮਣੇ ਵਿਕਦੀਆਂ ਨੇ, ਸਾਡੇ ਗੁਰੂ ਘਰਾਂ ਦਾ ਇੰਨੀ ਕੁ ਬੇਅਦਬੀ ਹੋ ਰਹੀ ਆ। ਕਈ ਵਿੱਚ ਸਾਨੂੰ ਕਮੈਂਟਾਂ ਦੇ ਵਿੱਚ ਕਹਿੰਦੇ ਵਿਹਲੜ ਬੰਦੇ, ਇਹ ਲੋਕ ਵਿਹਲੜ ਹੈਗੇ ਆ, ਵਿਹਲੜ ਜਿਹੜੇ ਕੰਮ ਕਰਦੇ ਪਿਆ। ਦੇਖੋ ਅਸੀਂ ਕੰਮ ਕਰਦੇ ਪਏ ਆ, ਸਾਨੂੰ ਵੇਲਰ ਕਹਿੰਦੇ ਕਮੈਂਟਾਂ ਦੇ ਵਿੱਚ, ਕਮੈਂਟਾਂ ਵਾਲੇ ਵੀ ਸੁਣ ਲਓ। ਆਹ ਬੇਅਦਬੀਆਂ ਹੋ ਰਹੀਆਂ ਗੁਰੂ ਘਰ ਦੇ ਸਾਹਮਣੇ, ਇਹਦੇ ਬਾਰੇ ਦੱਸੋ ਕਮੈਂਟਾਂ ਦੇ ਵਿੱਚ ਕੀ ਬਣਨਾ ਚਾਹੁੰਦਾ ਹੈਗਾ। ਆਹ ਦੱਸੋ ਆਹ ਖੋਖੇ ਵਾ, ਅੱਗੇ ਇੱਕ ਸਕੂਲ ਦੇ ਕੋਲੇ ਖੋਖਾ, ਉਹ ਵੀ ਜਾਣਾ ਤੁਹਾਨੂੰ ਦਿਖਾਉਣੇ ਅਗਲੀ ਵੀ ਕਾਰਵਾਈ। ਦੋ ਖੋਖੇ ਆ ਉੱਥੇ, ਆਹ ਬੀੜੀਆਂ ਸਿਗਰਟ ਵਾਲੇ ਆ ਗੁਰੂ ਘਰ ਸਾਹਮਣੇ, ਗੁਰੂ ਘਰ ਨਿਸ਼ਾਨ ਦਾ ਦੋ ਕਦਮਾਂ ਵੀ ਨਹੀਂ ਹੈਗਾ ਗਾ, ਚਾਰ ਕਦਮਾਂ ਦਾ ਰੋਡ ਪਾਰ ਕਰਕੇ ਆ। ਤੇ ਕੀ ਹਾਲ ਕੀ ਪੰਜਾਬ ਦਾ ਸਾਡੇ ਦਾ, ਬੋਲੋ ਯਾਰ। ਅਸੀਂ ਅੱਗ ਨਹੀਂ ਲਾਉਣੇ ਚਾਹੁੰਦੇ, ਇਹਦਾ ਸਮਾਨ ਅਸੀਂ ਇਹਨੂੰ ਨੁਕਸਾਨ ਨਹੀਂ, ਪ੍ਰਵਾਸੀ ਬੰਦਾ ਇਹਦਾ ਨੁਕਸਾਨ ਨਹੀਂ ਕਰਾਂਗੇ ਸਰ। ਕੋਈ ਵੀ ਇਹਦਾ ਖੋਖਾ ਚੁਕਵਾ ਕੇ ਹੁਣੇ ਚੁਕਾਉਣਾ, ਜੋ ਜਿੱਥੋਂ ਮਰਜ਼ੀ ਆਪਣਾ ਘੋੜਾ ਰੇੜਾ ਲਿਆਵੇ, ਗੱਡੀ ਲਿਆਵੇ, ਜਿੱਥੇ ਮਰਜ਼ੀ ਲਾਵੇ, ਦੋ ਸੌ ਕਿਲੋਮੀਟਰ ਦੂਰ ਲਾਵੇ ਗੁਰਦੁਆਰਾ ਸਾਹਿਬ ਤੋਂ, 400 ਕਿਲੋਮੀਟਰ, 800 ਕਿਲੋਮੀਟਰ ਲਾ ਲਓ, 800 ਕਿਲੋਮੀਟਰ ਜਿੱਥੇ ਮਰਜ਼ੀ ਲਾ, ਸਾਨੂੰ ਕੋਈ ਪ੍ਰੋਬਲਮ ਨਹੀਂ ਹੈਗੀ। ਆਪਣਾ ਇਹ ਨਾ ਦੇਖੋ ਮੰਦਿਰ ਹੋਵੇ, ਗੁਰੂ ਘਰ ਹੋਵੇ, ਕੋਈ ਵੀ ਮਸੀਬ ਹੋਵੇ, ਕਿਤੇ ਵੀ ਲਾਗੇ ਨਹੀਂ ਬੀੜੀ ਸਿਗਰਟਾਂ ਦਾ ਖੋਖੇ ਲੱਗਣੇ ਹੋਣੇ ਚਾਹੀਦੇ, ਕਿ ਨਸ਼ੀ ਚੀਜ਼ ਨਹੀਂ, ਨਸ਼ੀਲਾ ਚੀਜ਼ ਵੇਚਣ ਨਹੀਂ ਦੇਣੀ। ਠੀਕ ਹੈ, ਇਹ ਬਾਤ ਸਹੀ ਹੈ। ਇੱਧਰ ਆਇਆ, ਹੁਣ ਤੂੰ ਬਾਹਰ ਆਇਆ, ਤੇਰਾ ਇੱਥੋਂ ਕੰਮ ਖਤਮ ਹੋ ਗਿਆ, ਬਾਕੀ ਤਾਂ ਬਾਕੀ ਇਹ ਕਰਦੇ ਆ। ਆਇਆ ਇੱਧਰ ਆਇਆ, ਇੱਧਰ ਬੋਲ ਆ ਰਹੀ ਸਰਦਾਰ, ਉਹ ਭੇਡੂ ਮੈਨੂੰ ਲੱਗਦਾ ਸਰਕਾਰ, ਉਹ ਸਰਦਾਰ ਨਹੀਂ ਹੈਗਾ ਗਾ, ਉਹ ਇੱਕ ਮਸੰਦ ਹੈ ਵੀ ਜੋ ਗੁਰੂ ਘਰ ਨਹੀਂ ਨਜ਼ਰ ਆ ਰਿਹਾ ਹੈਗਾ। ਦੱਸੋ ਇਹਦੇ ਵਿੱਚ ਬੋਲੋ, ਅਸੀਂ ਗੁਰੂ ਘਰ ਦੇ ਅੱਗੇ ਬਿਜਲੀ ਸਿੱਟਾ ਦਾ ਖੋਖਾ ਨਹੀਂ ਲੱਗਣ ਦੇਣਾ, ਕੋਈ ਲਗਾਣੇ ਇਹਨਾਂ ਲਾਉਣਾ, 200 ਕਿਲੋਮੀਟਰ ਦੂਰ ਲਾਉਣਾ ਕਿੱਲੇ ਨਾ, ਮੈਂ ਸਾਰੇ ਆਪ ਕਹਿ ਦਿਆ ਸਾਰਾ ਚੱਕੋ ਜਿੰਨਾ ਕਹਿ ਦਿਆ, ਕੋਈ ਵੀ ਆ ਕਿਤੇ ਵੀ ਹੋਵੇ ਬੇਅਦਬੀ, ਅਸੀਂ ਹਰ ਕੀ ਬਰਦਾਸ਼ਤ ਨਹੀਂ ਕਰਾਂਗੇ। ਇਸ ਚੀਜ਼ ਨੂੰ ਸਮਾਨ ਰੱਖਣਾ, ਮੈਂ ਸਾਰੇ ਚੱਕ ਕੇ ਲੈ ਜਾਣਾ, ਰੱਖ ਲੈਣਾ ਮੈਨੂੰ ਹੁਣੇ, ਖਾਲੀ ਚਾਹੀਦਾ, ਖਾਲੀ ਚਾਹੀਦਾ, ਅਸੀਂ ਕਿਸੇ ਦਾ ਨੁਕਸਾਨ ਨਹੀਂ ਕਰਨਾ ਚਾਹੁੰਦੇ। 200 ਕਿਲੋਮੀਟਰ ਗੱਲ ਸੁਣਨਾ, ਮੇਰੀ ਮੈਂ ਇੱਥੇ ਰਹਿਣਾ ਆ, ਸਰਦਾਰ ਦਾ ਨਾਮ ਦੱਸ। ਮੈਂ ਬੇਵਕੂਫ ਹਾਂ, ਰੌਲਾ ਪੈਣ ਤੋਂ ਪਹਿਲਾਂ ਤੂੰ ਗਾਇਬ ਕੀਤੀਆਂ ਨੇ। ਹੈ ਨਾ ਤੇਰੇ ਕੋਲੋਂ ਨਿਕਲੀਆਂ, ਤੂੰ ਆਖਦੇ ਵੀ ਬੰਦ ਆ, ਫੇਰਾ ਪੈਸੇ ਕੋਲ ਨਹੀਂ ਮਿਲਦੀਆਂ।
ਜਿੱਥੇ ਵੀ ਕੋਈ ਘਟਨਾ ਹੁੰਦੀ ਹੋ, ਕੋਈ ਨਸ਼ਾ ਵਗਦਾ, ਅਸੀਂ ਜਾ ਕੇ ਛਾਪਾ ਮਾਰਨਾ ਤੇ ਬੰਦ ਕਰਾਉਣਾ। ਤੇ ਸਾਡੀ ਜਹਿਬੰਦੀ ਮੁੱਖ ਜਹਿਦਾਰ ਕੁਲਵਿੰਦਰ ਸਿੰਘ, ਰਾਜਾ ਰਾਜ ਸਿੰਘ ਤੇ ਤਰਨਾ ਦਲ ਤੋਂ, ਤੇ ਅਸੀਂ ਸਾਰੇ ਉੱਥੋਂ, ਸਾਡੀ ਜਹਿਬੰਦੀ ਦਾ ਆਰਡਰ ਹੈ, ਇਹ ਚੀਜ਼ਾਂ ਅਸੀਂ ਬੰਦ ਕਰਵਾਉਣੀਆਂ ਤੇ ਕਰਵਾ ਕੇ ਹਟਾਂਗੇ। ਆਹ ਖੋਖਾ ਹੀ ਚੁਕਵਾਤਾ, ਜੋ ਕਿ ਪਹਿਲਾਂ ਤੁਸੀਂ ਦੇਖਿਆ ਹੀ ਤੇ ਖੋਖਾ ਪਿਆ ਹੋਇਆ, ਤੇ ਖੋਖਾ ਹੀ ਚੁਕਵਾ ਦਿੱਤਾ ਹੈਗਾ। ਇਹ ਕਹਿੰਦੇ ਵੀ ਅੱਜ ਤੋਂ ਬਾਅਦ ਇੱਥੇ ਨਹੀਂ ਲੱਗੂਗਾ ਖੋਖਾ, ਤੇ ਜੋ ਵੀ ਸਾਡੀ ਸੀਗੀ ਸੇਵਾ ਉਹੀ ਲੁੱਟ ਲਈ ਸੇਵਾ। ਬਾਕੀ ਹੁਣ ਜਿਹੜੇ ਮੇਰੇ ਵੀਰਾਂ ਨੇ ਕਮੈਂਟਾਂ ਦੇ ਵਿੱਚ ਕਹਿਣਾ ਕਹੀ ਜਾਣ, ਸਾਨੂੰ ਕੋਈ ਟੈਨਸ਼ਨ ਨਹੀਂ, ਕਮੈਂਟਾਂ ਦੇ ਉੱਤੇ ਅਸਰ ਨਹੀਂ ਕਰਨਾ। ਸਾਡਾ ਇਹ ਫਰਜ਼ ਸੀਗਾ ਵੀ ਬੀੜੀਆਂ ਸਿਗਰਟਾਂ ਬੱਚੇ ਨਾ ਪੀਣ, ਇੱਥੇ ਗੁਰੂ ਘਰ ਦੀ ਬੇਅਦਬੀ ਨਾ ਹੋਵੇ, ਅਤੇ ਇੱਦਾਂ ਦੀ ਕੋਈ ਵੀ ਗੱਲਬਾਤ ਨਹੀਂ ਹੋਣੀ ਚਾਹੀਦੀ ਗੀ। ਅਤੇ ਮੈਂ ਇਹੀ ਕਹਿਣਾ ਚਾਹੁੰਦਾ, ਜਿੱਥੇ ਵੀ ਕੋਈ ਜਗ੍ਹਾ ਮਿਲਦੀ ਜਾਂ ਪ੍ਰਵਾਸੀ ਆ, ਉਹ ਵੀ ਬੇਨਤੀ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਵੀ ਇੱਦਾਂ ਦੇ ਕੰਮ ਨਾ ਕਰੋ, ਵੀ ਆਪਾਂ ਬੀੜੀਆਂ ਸਿਗਰਟਾਂ ਕੋਈ ਨਸ਼ੇ ਤੋਂ ਦੂਰ ਕਰੀਏ। ਅਤੇ ਚਿੱਟੇ ਵਾਲਿਆਂ ਨਾਲ ਵੀ ਅਸੀਂ ਹੁਣ ਸਾਵਧਾਨ ਹੋ ਜਾਓ, ਚਿੱਟੇ ਵਾਲੇ ਵੀ, ਅਸੀਂ ਚਿੱਟੇ ਵਾਲੇ ਵੀ ਫੜਨੇ ਆ। ਜਿਹੜਾ ਸਾਨੂੰ ਵੀਡੀਓ ਪਾਊਗਾ ਉਹਦੀ ਗੁਪਤ ਰੱਖੀ ਜਾਊਗੀ, ਵੀਡੀਓ ਨਾ ਵੀ ਗੁਪਤ ਰੱਖਿਆ ਜਾਊਗਾ ਉਹਦਾ, ਅਤੇ ਚਿੱਟੇ ਵਾਲੇ ਵੀ ਫੜਾਂਗੇ। ਹੁਣ ਅਸੀਂ ਹੁਣ ਹੋ ਗਏ ਹੱਲ, ਸਰਕਾਰ ਸਾਡਾ ਸਾਥ ਦੇਵੇ ਨਾ ਦੇਵੇ, ਕਾਨੂੰਨ ਦੇ ਦਾਇਰੇ 'ਚ ਰਹਿ ਕੇ ਕੰਮ ਕਰਾਂਗੇ ਅਸੀਂ, ਜੋ ਵੀ ਕਰਾਂਗੇ। ਅੱਜ ਅਸੀਂ ਖੋਖਾ ਚੁਕਵਾਤਾ।